ਮੈਨੂੰ ਪਤਾ ਮੈਂ ਵੀ ਖੇਤੀ ਕਰਦੇ ਰਹੇ ਆ ਤਾਂ ਉਹ ਕਹਿੰਦੇ ਜਿਹੜਾ ਮਾੜਾ ਟਰੈਕਟਰ ਹੈ ਨਾ ਉਹ ਬੰਦੇ ਨੂੰ ਮਿਸਤਰੀ ਬਣਾ ਦਿੰਦਾ ਕਿਉਂਕਿ ਉਹ ਰੋਜ਼ ਕਿਤੇ ਨਾ ਕਿਤੇ ਖਰਾਬ ਹੋਇਆ ਰਹਿੰਦਾ ਉੱਥੇ ਹੀ ਖੋਲਣਾ ਪੈਂਦਾ ਸੋ ਮੈਂ ਵੀ 19 ਬਈ ਦੀਆਂ ਚਾਬੀਆਂ ਨਾਲ ਬਹੁਤ ਇੰਜਣ ਖੋਲੇ ਨੇ ਆਰਮੇਚਰ ਡੈਨਮੋ ਮੈਂ ਇੰਜਣ ਖੋਲ ਕੇ ਅੱਜ ਵੀ ਬੰਨਦੇ ਨਾ ਦੁਬਾਰੇ ਆ ਹੁਣ ਪੰਜਾਬ ਦਾ ਇੰਜਣ ਬੰਨਣਾ ਹੀ ਲੱਗਿਆ ਹੋਇਆ ਹੈ ਹਾਲਾਂਕਿ ਪੰਜਾਬ ਦੇ ਇੰਜਨ ਚੋਂ ਬਹੁਤ ਸਾਰੇ ਪੁਰਜ਼ੇ ਚੋਰੀ ਹੋ ਗਏ ਪਿਸਟਨ ਪਿਸਟਨ ਵੀ ਕੱਢ ਕੇ ਲੈ ਗਏ ਵਿੱਚ ਹੀ ਜੈਨ ਵੀ ਕੱਢ ਕੇ ਲੈ ਗਏ ਠੀਕ ਹੈ ਨਾ ਸਪਰਿੰਗ ਨਹੀਂ ਥਿਆਉਂਦਾ ਕੋਈ ਪਰ ਆਪਾਂ ਦੁਬਾਰੇ ਸੱਚੀ ਨੀਅਤ ਨਾਲ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ ਦੁਬਾਰੇ ਪੰਜਾਬ ਦਾ ਇੰਜਨ ਬਣਾਂਗੇ ਤੇ ਨਵੀਂ ਗੱਡੀ ਤਿਆਰ ਹੋਊਗੀ ਸਾਡੀ ਪੰਜਾਬ ਦੀ ਸੋ ਦੇਸ਼ ਦੇ ਵਿੱਚ ਜੋ ਮਾਹੌਲ ਹੈ ਉਹ ਲੋਕਤੰਤਰ ਲਈ ਕਾਫੀ ਚਿੰਤਾਜਨਕ ਹੈ ਫੈਡਰਲ ਸਟਰਕਚਰ ਜਿਹੜਾ ਹੈ ਉਹ ਉਹਦੇ ਲਈ ਚਿੰਤਾਜਨਕ ਹੈ ਨਫਰਤ ਦੀਆਂ ਗੱਲਾਂ ਹੋ ਰਹੀਆਂ ਨੇ ਤੂੰ ਐਸ ਸਮਾਜ ਦਾ ਹੈ ਉਹ ਐਸ ਸਮਾਜ ਦਾ ਹੈ ਐਸ ਸਮਾਜ ਵਾਲੇ ਐਸ ਸਮਾਜ ਵਾਲੇ ਨੂੰ ਨਾ ਬੁਲਾਇਆ ਕਰੋ ਉਹ ਸਮਾਜ ਵਾਲੇ ਇੱਧਰ ਨਾ ਆਇਆ ਕਰੋ ਉਹ ਇੱਧਰ ਨਾ ਜਾਇਆ ਕਰੋ ਇਹ ਨਹੀਂ ਇਹ ਚੀਜ਼ਾਂ ਨਹੀਂ ਦੇਖੋ ਜਿਹੜਾ ਗੁਲਦਸਤਾ ਹੈ ਜਿਹੜਾ ਫੁੱਲਾਂ ਦਾ ਬਾਗ ਹੈ ਮੁਗਲ ਗਾਰਡਨ ਹੈ ਰਾਸ਼ਟ੍ਰਪਤੀ ਭਵਨ ਚ ਹਰ ਰੋਜ਼ ਹਜ਼ਾਰਾਂ ਲੋਕ ਉਹਨੂੰ ਦੇਖਣ ਜਾਂਦੇ ਆ ਆਪਾਂ ਵੀ ਪਾਰਕਾਂ ਚ ਫੁੱਲ ਲੱਗੇ ਨੇ ਆਪਾਂ ਦੇਖਣ ਜਾਂਦੇ ਆ ਆਪਾਂ ਆਪਣੇ ਘਰੇ ਫੁਲਵਾੜੀ ਚ ਫੁੱਲ ਲਾਉਨੇ ਆ ਕਿਉਂ ਦੇਖਣ ਜਾਂਦੇ ਆ ਲੋਕ ਫੁੱਲਾਂ ਦੇ ਗੁਲਦਸਤੇ ਨੂੰ ਜਾਂ ਫੁੱਲਾਂ ਦੇ ਗਾਰਡਨ ਨੂੰ ਕਿਉਂਕਿ ਉਹਦੇ ਵਿੱਚ ਹਰੇਕ ਫੁੱਲ ਦਾ ਆਪਣਾ ਆਪਣਾ ਰੰਗ ਹੁੰਦਾ ਹੈ ਕੋਈ ਨੀਲਾ ਹੈ ਕੋਈ ਫਿੱਕਾ ਹਰਾ ਹੈ ਕੋਈ ਹਰਾ ਹੈ ਕਿਸੇ ਦੀਆਂ ਪੱਤੀਆਂ ਕਿੰਨੀਆਂ ਸੋਹਣੀਆਂ ਤਾਂ ਗੁਲਦਸਤਾ ਲੱਗਦਾ ਜੇ ਇੱਕੋ ਤੁਹਾਡੇ ਆਪਦੇ ਘਰ ਦੇ ਗੁਲਦਸਤੇ ਫੁਲਵਾੜੀ 'ਚ ਦੇਖ ਲਿਓ ਜੇ ਇੱਕੋ ਰੰਗ ਦੇ ਲਾ ਲੋਂਗੇ ਫੁੱਲ ਸਾਰੇ ਦੂਜੇ ਤੀਜੇ ਦਿਨ ਬੋਰ ਹੋ ਜਾਓਗੇ ਤੁਸੀਂ ਉਹਨੂੰ ਦੇਖਾਉਂਗੇ ਨਹੀਂ ਸੋ ਸਾਡਾ ਦੇਸ਼ ਜਿਹੜਾ ਹੈ ਅਲੱਗ-ਅਲੱਗ ਰੰਗਾਂ ਦਾ ਫੁੱਲ ਨੇ ਸਾਡੇ ਕੋਲੇ ਆ ਸਾਹਮਣੇ ਮੇਰੇ ਬੈਠੇ ਨੇ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਰੰਗਾਂ ਦੇ ਫੁੱਲ ਨੇ ਤਾਂ ਹੀ ਉਹ ਸਾਡਾ ਦੇਸ਼ ਜਿਹੜਾ ਹੈ ਉਹ ਇੱਕ ਗੁਲਦਸਤਾ ਲੱਗਦਾ ਕਿ ਫੁੱਲਾਂ ਦੇ ਰੰਗ ਅਲੱਗ-ਅਲੱਗ ਨੇ ਕਲਚਰ ਅਲੱਗ-ਅਲੱਗ ਹੈ ਭਾਸ਼ਾਵਾਂ ਅਲੱਗ-ਅਲੱਗ ਨੇ ਤੇ ਦੇਸ਼ ਹੈ ਪਰਲਮੈਂਟ ਚ ਡਿਬੇਟ ਚੱਲ ਰਹੀ ਸੀ ਉਦੋਂ ਮੈਂ ਐਮਪੀ ਦੇ ਤੌਰ ਤੇ ਸੀ ਕਿ ਜੀ ਆ ਸਮਾਜ ਨੂੰ ਐ ਕਰ ਦਿਆਂਗੇ ਉਹਨੂੰ ਆ ਕਰ ਦਿਆਂਗੇ بڑے-ਬڑے ਢੇਡ-ਢੇਡ ਘੰਟੇ ਦੇ ਭਾਸ਼ਣ ਦਿੱਤੇ ਬੋਲੀ ਗਏ ਆਪਸ ਚ ਲੜੀ ਗਏ ਮੈਂ ਬੈਠਾ ਦੇਖੀ ਗਿਆ ਮੈਂ ਕਿ ਚਲੋ ਕੋਈ ਨਹੀਂ ਤੇ ਮੇਰੀ ਵਾਰੀ ਆਉਣੀ ਸੀ ਮੈਂ ਕਿਉਂਕਿ ਮੈਂ ਇੱਕੋ ਹੀ ਐਮਪੀ ਸੀ ਅਖੀਰ ਦੇ ਵਿੱਚ ਹੀ ਆਉਣੀ ਹੁੰਦੀ ਸੀ ਵਾਰੀ ਅਖੀਰ ਵੀ ਉਹ ਕਹਿੰਦੇ ਜੀ ਬਹੁਤ ਲੇਟ ਹੋ ਗਿਆ ਚਲੋ ਛੱਡੋ ਹੁਣ ਮੰਤਰੀ ਸਾਹਿਬ ਨੇ ਜਵਾਬ ਦੇਣਾ ਮੈਂ ਕਹਾ ਸਪੀਕਰ ਸਾਹਿਬ ਥੋੜਾ ਜਿਹਾ ਟਾਈਮ ਤਾਂ ਦੇ ਦਿਓ ਆਮ ਆਦੀ ਪਾਰਟੀ ਵੱਲੋਂ ਆਮੈਂ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰਦਾ ਨਹੀਂ ਨਹੀਂ ਕਹਿੰਦੇ ਹੁਣ ਹੋ ਗਿਆ ਸਾਰੇ ਬੋਲ ਲੇ ਹੁਣ ਮੈਂ ਕਹਾ ਸਰ 30 ਸੈਕਿੰਡ ਦੇ ਦਿਓ ਕਹਿੰਦੇ 30 ਸੈਕਿੰਡ ਚ ਕੀ ਬੋਲੇਗਾ ਮੈਂ ਸਰ ਇੰਨਾ ਵਾਲੇ ਡੇਢ ਘੰਟੇ ਤੋਂ ਵਧੀਆ ਬੋਲਾਂਗਾ 30 ਸੈਕਿੰਡ ਦੇ ਦਿਓ कहते चल ठीक है ल थर्टी सेकेंड मैं क्या जी बहुत सारे बुला रहे बोले ने आ समाज नए कर देंगे इनू ए कर देंगे इनू आ जोड़ा ऐं तोड़ा मैं मैं तो यही कहना चाहूँगा लंबे सफ़र को मीलों में मत बांटिए लंबे सफर को मीलों में मत बांटिए कौम को कबीलों में मत बांटिए एक बहता दरिया है मेरा भारत देश इसको नदियों और झीलों में मत बांटिए